ਤਾਂ ਹਾਂਜੀ ਮੇਰੇ ਵੀਰੇ ਹੋਰ ਵੀ ਘਰ ਪਰਿਵਾਰ ਸੈੱਟ ਆ ਵੀ ਜਲੰਧਰ ਪੰਛੀ ਸੈੱਟ ਨੇ ਸਾਰੇ ਵੀਰਾਂ ਦੇ ਚਲੋ ਵੀ ਅੱਜ ਦੇ ਵੱਲੋਂ ਉਹਦੀ ਕਰਦਾ ਸਟਾਰਟਿੰਗ ਬਾਈ ਅਤੇ ਆਏ ਹੋਏ ਤਾਂ ਛੱਤ ਦੇ ਉੱਪਰ ਆ ਅਤੇ ਅੱਜ ਪਤਾ ਵੀ ਕੀ ਕਰਨਾ ਆਪਾਂ ਨੇ ਅੱਜ ਮਿੱਤਰਾਂ ਹੁਣੇ ਤੁਹਾਨੂੰ ਪਹਿਲਾਂ ਮੈਂ ਮੌਸਮ ਵਗੈਰਾ ਦਿਖਾ ਦਾਂ ਅਤੇ ਮਿੱਤਰੋ ਕਰੋ ਚੈੱਕ ਮੌਸਮ ਬਿਲਕੁਲ ਹੀ ਸਾਫ਼ ਆ ਅੱਜ ਅਤੇ ਧੁੱਪ ਮਿੱਤਰੋ ਨਿਕਲ ਚੁੱਕੀ ਆ ਅਤੇ ਖੁੱਡਾ ਬਣਾ ਬੰਦ ਪਿਆ ਬਈ ਅਤੇ ਉਰੋਂ ਆਪਾਂ ਨੇ ਵੀ ਕੱਢ ਕੇ ਅੱਜ ਨਾ ਬਈ ਛਤਰੀ ਛਤਰੀ ਵਾਲੇ ਕਬੂਤਰ ਡਾਉਣੇ ਸੀਗਾ ਅਤੇ ਜਿੰਨੇ ਵੀ ਆਪਣੇ ਛਤਰੀ ਵਾਲੇ ਕਬੂਤਰ ਨੇ ਬਈ ਆਪਾਂ ਉਹਨੇ ਡਾ ਦਾਂਗੇ ਚਾਰ ਪੰਜ ਕਬੂਤਰ ਨੇ ਆਪਣੇ ਛਤਰੀ ਵਾਲੇ ਉਹਦਾ ਬਾਕੀ ਸਾਰੇ ਮਿਲਦੇ ਨੇਗੇ ਵੈਸੇ ਤਾਂ ਅਤੇ ਅੱਜ ਮਿੱਤਰੋ ਆਪਾਂ ਬਾਜ਼ੀਆਂ ਵਾਲਾ ਕਬੂਤਰ ਵੀ ਡਾਵਾਂਗੇ ਅਤੇ ਨਾਲ ਮਿੱਤਰੋ ਦੋ ਚਾਰ ਕਬੂਤਰ ਹੋਰ ਡਾਵਾਂਗੇ ਬਾਕੀ ਚਲੋ ਮਿੱਤਰੋ ਖੋਲ੍ਹੀਏ ਖੁੱਡਾ ਅਤੇ ਆਪਣੇ ਕਬੂਤਰ ਕੱਢੀਏ ਬਾਰੇ ਤੋ ਮੇਰੇ ਵੀਰੇ ਚਾਬੀ ਆਪਾਂ ਲਈ ਚੱਕ ਅਤੇ ਖੁੱਡਾ ਖੋਲ੍ਹਦੇ ਆਪਣਾ ਅਤੇ ਬਈ ਉਹਨੂੰ ਸਿੱਧੀ ਠੰਡ ਪੈਂਦੀ ਨਾ ਵੀ ਠੰਡ ਬਾਲੀ ਹੋ ਰਹੀ ਹੈ ਵੈਸੇ ਅਤੇ ਆਪਾਂ ਨੇ ਵੀ ਆਹ ਲੱਤ ਦੀ ਲਿਫਾਫਾ ਮਾੜਾ ਆ ਠੀਕ ਆ ਇਸ ਕਰਕੇ ਬਈ ਠੰਡ ਨਹੀਂ ਜਾਊਗੀ ਅੰਦਰ ਆਪਣੇ ਖੁੱਡੇ 'ਤੇ ਬਾਕੀ ਠੀਕ ਆ ਓਕੇ ਰਿਪੋਰਟ ਕੰਮ ਅਤੇ ਲਓ ਮੇਰੇ ਵੀਰੋ ਅੱਜ ਆਪਾਂ ਛੱਡਾਂਗੇ ਆਪਣਾ ਬਾਜ਼ੀ ਵਾਲਾ ਕਬੂਤਰ ਚੈੱਕ ਕਰ ਲਓ ਅਤੇ ਅੱਜ ਮਿੱਤਰੋ ਟਾਈਮ ਲਵਾਉਣੇ ਰਹਿੰਦੇ ਠੀਕ ਆ ਅਤੇ ਉਹ ਕੱਟਤਾ ਮਿੱਤਰੋ ਬਾਜ਼ੀਆਂ ਵਾਲਾ ਅਤੇ ਹੁਣ ਬਈ ਇੱਕ ਆਪਾਂ ਨੇ ਸ਼ਾਹ ਅੱਖਾਂ ਕਬੂਤਰ ਕੱਢਣਾ ਉਰੋਂ ਅਤੇ ਲਓ ਮੇਰੇ ਵੀਰੋ ਸ਼ਾਹ ਅੱਖਾਂ ਕਬੂਤਰ ਆਪਣਾ ਠੀਕ ਆ ਅਤੇ ਇੱਕ ਹੋਰ ਬਈ ਕਿਹੜਾ ਸੀਗਾ ਤਾਂ ਇੱਕ ਮਿੱਤਰੋ ਪੀੜੀਆਂ ਤਾਂ ਬੱਚਾ ਕੱਢਣਾ ਆਪਾਂ ਨੇ ਆਹ ਅਤੇ ਚੱਲ ਬਈ ਇਹਨੂੰ ਵੀ ਕੱਢਤਾ ਅਤੇ ਮਿੱਤਰੋ ਇੱਕ ਆਪਾਂ ਨੇ ਆਹ ਬੱਚਾ ਕੱਢਣਾ ਮਿੱਤਰੋ ਤੀਤਰਾ ਬੱਚਾ ਠੀਕ ਆ ਅਤੇ ਲਓ ਬਈ ਇੱਕ ਆਹ ਕੱਢਤਾ ਅਤੇ ਇੱਕ ਮਿੱਤਰ ਆਪਣੇ ਆਹ ਨੀਲਾ ਕੱਢਣਾ ਬਈ ਆਪਣਾ ਠੀਕ ਆ ਅਤੇ ਇੱਕ ਮਿੱਤਰੋ ਨੀਲਾ ਕੱਢਣਾ ਆਹ ਅਤੇ ਲਓ ਬਈ ਨੀਲਾ ਕੱਢਤਾ ਅਤੇ ਪੰਜ ਕਬੂਤਰ ਮਿੱਤਰੋ ਨਿਕਲ ਚੁੱਕੇ ਨੇਗੇ ਅਤੇ ਚਲੋ ਬਈ ਇੱਕ ਬਈ ਆਪਾਂ ਲਾਲ ਚੀਨੀ ਕੱਢਦੇ ਨੇ ਆਪਣੀ ਠੀਕ ਆ ਲਾਲ ਚੀਨੀ ਤਾਂ ਦੇ ਚਲ ਫਿਰ ਦਿਖਾਉਂਦੇ ਲਾਲ ਚੀਨੀ ਉਡਾਈ ਮਿੱਤਰੋ ਲਾਲ ਚੀਨੀ ਫਿਰ ਛੱਡਾਂਗੇ ਮਿੱਤਰ ਆਪਾਂ ਅਤੇ ਅੱਜ ਆਪਾਂ ਪੰਜ ਕਬੂਤਰ ਕੱਢਤੇ ਬਈ ਇਹ ਸਾਰੇ ਮਿੱਤਰੋ ਛਤਰੀਆਂ ਵਾਲੇ ਦੇ ਐਨ ਪਿਓਰ ਛਤਰੀ ਦੇ ਉੱਪਰ ਉਤਰਨ ਵਾਲੇ ਅਤੇ ਅੱਜ ਵੀ ਆਪਾਂ ਇਹ ਛੱਡਤੇ ਅਤੇ ਮਿੱਤਰ ਇਹ ਛੱਡਣੇ ਆਪਾਂ 7:19 ਦੇ ਉੱਤੇ ਮਿੱਤਰੋ ਠੀਕ ਆ 7:19 ਦੇ ਉੱਪਰ ਮਿੱਤਰੋ ਛੱਡੇ ਨੇ ਇਹ ਅੱਜ ਅਤੇ ਬਾਕੀ ਦੇਖਦੇ ਹਾਂ ਵੀ ਕਿੰਨਾ ਟਾਈਮ ਪਾਉਂਦੇ ਨੇ ਅੱਜ ਇਹ ਅਤੇ ਪੰਜ ਮਿੱਤਰੋ ਕਬੂਤਰ ਛੱਡਤੇ ਆਪਾਂ ਦੇਖ ਸਕਦੇ ਹੋ ਅਤੇ ਕਰਦੇ ਹਾਂ ਖੁੱਡਾ ਬੰਦ ਮਿੱਤਰੋ ਅਤੇ ਖੇਤ ਵਗੈਰਾ ਚੱਲਦੇ ਹਾਂ ਮਾੜਾ ਜਿਹਾ ਕੰਮ ਆਪਾਂ ਨੂੰ ਅਤੇ ਅੱਜ ਸੁਬਾਹ ਸੁਬਾਹ ਛੱਡੇ ਨੇ ਗਾ ਕੇ ਅਤੇ ਮਾੜਾ ਜਿਹਾ ਲੇਟ ਹੋ ਗਿਆ ਆਪਾਂ 7:00 ਤੋਂ ਪਹਿਲੀ ਛੱਡ ਦਿੰਦੇ ਥੋੜ੍ਹਾ ਜਿਹਾ ਟਾਈਮ ਆ ਅਤੇ ਲਓ ਬਈ ਕਰਤਾ ਖੁੱਡਾ ਬੰਦ ਆਪਾਂ ਨੇ ਤਾਂ ਮਿੱਤਰੋ ਹੁਣ ਚੱਲਦੇ ਆਪਾਂ ਖੇਤ ਅਤੇ ਬਾਕੀ ਦੇਖਾਂਗੇ ਆ ਕੇ ਵੀ ਕਿੰਨਾ ਕੁ ਟਾਈਮ ਲਗਾਉਂਦੇ ਨੇ ਬਾਕੀ ਇਹ ਵਧੀਆ ਆਫਾ ਅਤੇ ਆਪਾਂ ਨੇ ਮਿੱਤਰੋ ਛਤਰੀ ਨੀਚੇ ਰੱਖ ਕੇ ਦੇਖ ਸਕਦੇ ਹੋ ਛਤਰੀ ਆਪਾਂ ਬਈ ਉਹ ਤੱਕ ਨਹੀਂ ਲਾਉਂਦੇ ਜਦੋਂ ਤੱਕ ਵੀ ਉਹ ਹੋਣਗੇ ਨਹੀਂ ਗੇ ਠੀਕ ਆ ਇਹਨੂੰ ਚੜੀ ਜਾਣ ਤੋਂ ਵੀ ਅੱਜ ਸਾਫ਼ ਮੌਸਮ ਇਸ ਕਰਕੇ ਭੰਡਾ ਹੈਗਾ ਜੀ ਵੀ ਜੇ ਤੁਹਾਨੂੰ ਪਤਾ ਹੈ ਪਹਿਲਾਂ ਆਪਾਂ ਨੇ ਕਿੰਨੇ ਕਢਾਏ ਨੇ ਕੱਲ੍ਹ ਵੀ ਡਾਏ ਆਪਣੇ ਇਹ ਕਬੂਤਰ ਅਤੇ ਬਾਜ਼ ਜਾਲ ਦਾ ਮਿੱਤਰੋ ਆਪਣੇ ਕੱਲ੍ਹ ਡਾਤਾ ਸੀਗਾ ਅਤੇ ਉਹ ਬਈ ਊਂ ਡਾਇਆ ਸੀ ਬਸ ਵੈਸੀ ਸ਼ੌਕੇ ਜਿਹਾ ਵੀ ਚੱਲ ਉੜਜੂ ਮਾੜਾ ਮੋਟਾ ਫੰਗ ਫੁੰਗ ਫੋਲ ਦੂਗਾ ਅਤੇ ਅੱਜ ਆਪਾਂ ਨੇ ਮਿੱਤਰੋ ਪੰਜ ਕਬੂਤਰ ਆ ਅਤੇ ਦੇਖਦੇ ਹਾਂ ਵੀ ਕੀ ਗੱਲਬਾਤ ਬਣਦੇ ਹੋ ਕਿ ਕਿੰਨਾ ਕੁ ਟਾਈਮ ਲਗਾਉਂਦੇ ਨੇ ਇਹ ਅਤੇ ਚਲੋ ਬਾਈ ਚੱਲੀਏ ਹੁਣ ਆਪਾਂ ਖੇਤ ਉਹ ਮੇਰੇ ਵੀਰੇ ਪਹੁੰਚ ਕੇ ਖੇਤ ਅਤੇ ਚੱਕਦੇ ਹਾਂ ਇਹਨੂੰ ਜਿੰਦਰੇ ਨੂੰ ਅਤੇ ਚਲੋ ਬਾਈ ਕਰੀਏ ਆਪਾਂ ਮਾੜਾ ਜਿਹਾ ਕੰਮ ਅਤੇ ਇਸ ਤਰ੍ਹਾਂ ਦਾ ਮਾਹੌਲ ਆ ਮਿੱਤਰੋ ਖੇਤ ਅਤੇ ਬੀਜੀ ਵੀਰੇ ਆਪਾਂ ਮਾੜਾ ਜਿਹਾ ਉਹ ਵੀ ਬੀਜਣਾ ਸੀਗਾ ਅਤੇ ਅੱਜ ਆਹ ਵਾਲੀ ਲਾਈਟ ਆਈ ਨਹੀਂ ਹੈਗੀ ਅਤੇ ਬਰਸੀਨ ਬੀਜਣਾ ਸੀ ਅਤੇ ਸਭ ਓਕੇ ਦੀ ਰਿਪੋਰਟ ਆ ਮਿੱਤਰੋ ਕੰਮ ਅਤੇ ਇੱਧਰ ਜੀਰੀ ਵਗੈਰਾ ਵੀ ਪੱਕ ਗਈ ਆਪਣੀ ਠੀਕ ਆ ਅਤੇ ਸਾਰਾ ਸੈੱਟ ਕਰਨਾ ਮਿੱਤਰੋ ਆਪਾਂ ਨੇ ਠੀਕ ਆ ਅਤੇ ਮਿਲਦਾ ਮਿੱਤਰੋ ਸੈੱਟ ਸੁੱਟ ਕਰਕੇ ਅਤੇ ਜਾਦੂ ਇਹੋ ਜਿਹਾ ਮਾਰਾਂਗੇ ਅਤੇ ਮਿੰਟੋ ਮਿੰਟੀ ਸੈੱਟ ਹੋਜੂ ਲਓ ਮੇਰੇ ਵੀਰੇ ਉਹ ਘਰ ਪਹੁੰਚ ਗਏ ਆਪਾਂ ਅਤੇ ਦੇਖ ਸਕਦੇ ਹੋ ਬਈ ਕੱਖ ਵਗੈਰਾ ਅਤੇ ਚਾਰ ਵਗੈਰਾ ਲਿਆਂਦਾ ਆਪਾਂ ਨੇ ਅਤੇ ਚੱਲਦੇ ਹਾਂ ਮਿੱਤਰੋ ਛੱਤ ਦੇ ਉੱਪਰ ਦੇਖਦੇ ਹਾਂ ਵੀ ਕੀ ਹੋ ਰਿਹਾ ਕੀ ਨਹੀਂ ਹੋਣਾ ਲਓ ਬਈ ਛੱਤ ਦੇ ਉੱਪਰ ਆਪਾਂ ਪਹੁੰਚ ਗਏ ਠੀਕ ਆ ਅਤੇ ਛੱਤ ਉੱਪਰ ਕੋਈ ਨਹੀਂ ਹੈਗਾ ਵੀ ਹਾਲੇ ਅਤੇ ਖੁੱਡਾ ਮਿੱਤਰੋ ਬੰਦ ਪਿਆ ਆਪਣਾ ਅਤੇ ਕਬੂਤਰ ਬਈ ਹਾਲੇ ਆਪਣੇ ਇੱਧਰ ਨੂੰ ਫਿਰਦੇ ਨੇ ਦੇਖ ਸਕਦੇ ਹੋ ਤੁਸੀਂ ਤਿੰਨ ਕਬੂਤਰ ਫਿਰਦੇ ਨੇ ਬਈ ਜਿਹੜੇ ਦੋ ਕਬੂਤਰ ਸੀ ਜੋੜਿਆਂ ਵਾਲੇ ਵੇ ਬਈ ਉਹ ਪੀਤੂ ਨੂੰ ਮੈਨੇ ਕਹਿੰਦਾ ਸੀ ਵੀ ਤੂੰ ਤਾਰ ਲਈ ਬਈ ਉਹ ਕਿਉਂਕਿ ਯਾਰ ਉਹ ਆਪਣੇ 10:00 ਉੱਤਰ ਗਏ ਸੀ ਅਤੇ 10:00 ਮਿੱਤਰੋ ਉੱਤਰੇ ਨੇ ਅਤੇ ਉਹ ਅੰਦਰ ਬੈਠੇ ਨੇ ਦੇਖ ਸਕਦੇ ਹੋ ਅਤੇ ਬਈ ਆਹ ਤਾਂ ਦੇਖੋ ਆਹ ਤਾਂ ਬਾਜ਼ੀਆਂ ਵਾਲਾ ਬੈਠਾ ਗਾ ਅਤੇ ਮਿੱਤਰੋ ਉਹ ਬੈਠਾ ਠੀਕ ਆ ਅਤੇ 11:00 ਮਿੱਤਰੋ ਦੇਖ ਸਕਦੇ ਹੋ ਠੀਕ ਆ ਕੋਠੇ ਦੇ ਉੱਤੇ ਹਾਲੇ ਮਿੱਤਰੋ ਨਹੀਂ ਉੱਤਰੇ ਵੀ ਕਬੂਤਰ ਹਾਲੇ ਵੀ ਆਪਣੇ ਆਪ ਫਿਰਦੇ ਨੇਗੇ ਦੇਖ ਸਕਦੇ ਹੋ ਬਾਕੀ ਓਕੇ ਦੀ ਰਿਪੋਰਟ ਆ ਬਾਕੀ ਤਾਂ ਮਿੱਤਰੋ ਅਤੇ ਇਹ ਆਪਣੇ 10:00 ਦੇ ਕਰੀਬ ਉੱਤਰ ਗਏ ਅਤੇ ਹੁਣ 11:30 ਮਿੱਤਰੋ ਹੋ ਗਏ ਨੇ ਹਾਲੇ ਵੀ ਉਹ ਫਿਰਦੇ ਨੇ ਆਪਣੇ ਚੜ੍ਹੇ ਕਬੂਤਰ ਦੇਖ ਸਕਦੇ ਹੋ
ਤੇ ਬਹੁਤ ਵਧੀਆ ਆਰਡਰ ਨੇ ਬਾਈ 11:30 ਵੱਜ ਗਏ ਤੇ ਓਕੀ ਦੀ ਰਿਪੋਰਟ ਆ ਬਾਕੀ ਦਾ ਮਿੱਤਰੋ ਹਲੇ ਵੀ ਕਿੰਨਾ ਕੁ ਟਾਈਮ ਲਾਉਂਦੇ ਨੇ ਕਬੂਤਰ ਆਪਣੇ ਅਤੇ ਹਲੇ ਵੀ ਚੜ੍ਹੇ ਫਿਰਦੇ ਨੇ ਬਾਈ ਕਾਫੀ ਜ਼ਿਆਦਾ ਉੱਪਰ ਅਤੇ ਹੁਣ ਰੋਟੀ ਵਗੈਰਾ ਲੈ ਕੇ ਚੱਲਦਾ ਖੇਤ ਪਹਿਲਾਂ ਆਪਾਂ ਅਤੇ ਉਸ ਤੋਂ ਬਾਅਦ ਬਾਈ ਮੈਂ ਰੋਟੀ ਰਾਟੀ ਦੇ ਗਿਆ ਪਹਿਲਾਂ ਅਤੇ ਉਹਨੂੰ ਵੀ ਦੇਖਦੀ ਵੀ ਕਿੰਨਾ ਕੁ ਟਾਈਮ ਹਲੇ ਆਪਣਾ ਉੱਡਦੇ ਨੇ ਕਬੂਤਰ ਇਹ ਅਤੇ ਬਾਕੀ ਯਾਰ ਜਿਹੜੇ ਉਹ ਦੋ ਸੀ ਉਹ ਆਂਡਿਆਂ ਦੇ ਮਿੱਤਰ ਕਬੂਤਰ ਆਪਣੇ ਬੈਠ ਗਏ ਜਾ ਕੇ ਠੀਕ ਆ ਅਤੇ ਬੱਚੇ ਵਗੈਰਾ ਉਹਨਾਂ ਨੇ ਪਾਲ ਰਹੇ ਨੇ ਆਪਦੇ ਅਤੇ ਬੱਚਿਆਂ ਨੂੰ ਛੱਡਾਂਗੇ ਬਾਈ ਅਤੇ ਹੁਣ ਤੁਹਾਨੂੰ ਕਬੂਤਰ ਆਪਣੇ 11 ਵਜਾ ਕੇ ਅਤੇ ਇੱਕ ਤਾਂ ਮਿੱਤਰ ਆਪਣੀ ਨੀਲੇ ਬੱਲੇ ਵਾਲਾ ਪੱਠਾ ਅਤੇ ਗੋਲਾ ਪੱਠਾ ਦੋਨੇ ਪੱਠੇ ਬਹੁਤ ਵਧੀਆ ਉੱਡ ਰਹੇ ਨੇ ਅਤੇ ਉਦੋਂ ਬਾਅਦ ਮਿੱਤਰ ਆਪਣੇ ਲਾਲ ਰੱਤੀ ਕਬੂਤਰੀ ਵੀ ਛੱਡਤੀ ਸੀ ਠੀਕ ਆ ਅਤੇ ਲਾਲ ਰੱਤੀ ਕਬੂਤਰੀ ਆਪਣੇ ਕਬੂਤਰਾਂ ਦੇ ਪਿੱਛੇ ਫਿਰ ਰਹੀ ਹੈ ਤਾਂ ਫਿਰ ਹੀ ਜਾਣ ਦਿਉ ਬਾਈ ਅਤੇ ਚਲੋ ਕੋਈ ਗੱਲ ਨਹੀਂ ਬਾਈ ਬਾਕੀ ਦੇਖਦੇ ਹਾਂ ਵੀ ਹਾਲੇ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਕੁ ਨਹੀਂ ਮਿੱਤਰੋ ਅਤੇ ਦੇਖੋ ਐਂਡ ਤੱਕ ਵੀਡੀਓ ਬੜੀ ਘੈਂਟ ਹੋਣ ਵਾਲੀ ਹੈ ਮਿੱਤਰੋ ਚਲੋ ਮੇਰੇ ਵੀਰੇ 12:30 ਦਾ ਆਪਾਂ ਵੀ ਉਰੇ ਘਰੇ ਆਏਗੇ ਅੱਜ ਠੀਕ ਆ ਅਤੇ ਦੇਖਦੇ ਹਾਂ ਬਾਈ ਆਪਣਾ ਕੀ ਗੱਲਬਾਤ ਹੋਈ ਹੈ ਬਾਕੀ ਅਤੇ ਲਾਲ ਰੱਤੀ ਤਾਂ ਆਪਣੇ ਮਿੱਤਰੋ ਤੁਹਾਨੂੰ ਪਤਾ ਜਿਵੇਂ ਕੀ 10 ਵਜੇ ਹੀ ਡਾਈ ਤੀ ਯਾਰ ਲਾਲ ਰੱਤੀ ਦਾ ਕੋਈ ਇੰਨਾ ਕੋਈ ਚੱਕਰ ਵੀ ਨਹੀਂ ਉੜੇ ਨਾ ਉੜੇ ਉਹਦਾ ਕੋਈ ਚੱਕਰ ਨਹੀਂ ਮਿੱਤਰ ਆਪਾਂ ਨੂੰ ਅਤੇ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਵਾਂ ਬਾਈ ਅਤੇ ਲਓ ਬਾਈ ਚੈੱਕ ਕਰੋ ਮਿੱਤਰੋ ਅਤੇ ਦੋਨੇ ਬੱਚੇ ਆਪਣੇ ਆ ਫਿਰਦੇ ਨੇ ਬਾਈ ਅਤੇ ਲਾਲ ਰੱਤੀ ਆਪਣੀ ਉਹ ਬੈਗ ਵੀ ਲਿਆ ਕੇ ਟੈਂਕੀ ਦੇ ਉੱਪਰ ਅਤੇ ਉਹਨੇ ਗਲਤ ਕੰਮ ਕਰਤਾ ਪੂਰਾ ਮਾੜਾ ਜਿਹਾ ਬੈਠ ਗਈ ਜਿਹੜੀ ਨਹੀਂ ਇਹਨਾਂ ਨੂੰ ਵੀ ਬੈਠਣ ਲਾ ਲੂਗੀ ਇਹ ਬਾਈ ਅਤੇ ਇਹਨਾਂ ਦਾ ਮਿੱਤਰ ਆਪਾਂ 2 ਦਿਨਾਂ ਬਾਅਦ ਰੈਸਟ ਪਾ ਕੇ ਫਿਰ ਛੱਡਣਾ ਇਹਨਾਂ ਨੂੰ ਦੋਨਾਂ ਨੂੰ ਅਤੇ ਹੁਣ ਕੀ ਕਰਦਾ ਹੁਣ ਚੱਕਦੇ ਮਿੱਤਰੋ ਛਤਰੀ ਆਪਾਂ ਠੀਕ ਆ ਛਤਰੀ ਚੱਕ ਕੇ ਅਤੇ ਦੇਖਾਂਗੇ ਵੀ ਕਿਹੜੇ ਕਿਹੜੇ ਵਧੀਆ ਉੜਦੇ ਨੇ ਆਪਣੇ ਉਹ ਮਿੱਤਰੋ ਆਪਾਂ ਨੇ ਰੱਖਣੇ ਨੇ ਕਬੂਤਰ ਬਾਕੀ ਸਾਰੇ ਲੰਘਾ ਦਾਂਗੇ ਬਾਕੀ ਉਹਨਾਂ ਦਾ ਦੇਖ ਰਿਹਾ ਮਿੱਤਰੋ ਜ਼ੋਰ ਵੀ ਕਿੰਨਾ ਕੁ ਲਾ ਸਕਦੇ ਨੇ ਇਹ ਤਾਂ ਬਾਕੀ ਜ਼ੋਰ ਆਪਾਂ ਲਾ ਇਹਨਾਂ ਦਾ ਲਵਾਇਆ ਕਰਾਂਗੇ ਪੂਰਾ ਅਤੇ ਅੱਜ ਬਹੁਤ ਵਧੀਆ ਗੱਲ ਸਿਰਾ ਕਰਾਤੀ ਮਿੱਤਰੋ ਅਤੇ ਛਤਰੀ ਖੜ੍ਹੀ ਕਰਦੀ ਵੀ ਉਸ ਤੋਂ ਬਾਅਦ ਮਿਲਦਾ ਉੱਡਣ ਨਾਲ ਮਿੱਤਰੋ ਬਾਕੀ ਮਿੱਤਰੋ ਛਤਰੀ ਖੜ੍ਹੀ ਹੋ ਗਈ ਅਤੇ ਕਬੂਤਰ ਹਲੇ ਵੀ ਉੱਪਰ ਚੜ੍ਹ ਗਏ ਵੀ ਦੁਬਾਰੇ ਫੇਰ ਆ ਅਤੇ ਛਤਰੀ ਦੇ ਮਿੱਤਰ ਆਪਾਂ ਹੁਣ ਕੀ ਕਰਦਾ ਛਤਰੀ ਮਾੜੀ ਜਿਹੀ ਸਿੱਧੀ ਕਰਕੇ ਇਹਦੇ ਉੱਤੇ ਮਿੱਤਰ ਆਪਾਂ ਇੱਕ ਬਿਠਾਉਣਾ ਬਚਾ ਕਿ ਜਿਹੜਾ ਆਪਣਾ ਵੀ ਕੋਈ ਉਹ ਜਾਵੇ ਨਵਰਾ ਪਰਾਂ ਠੀਕ ਆ ਨਹੀਂ ਲੋੜ ਹੀ ਨਹੀਂ ਵੀ ਛਤਰੀ ਦੇ ਆਪਾਂ ਨੂੰ ਕਰਨ ਦੀ ਜਿਹੜੇ ਨੇ ਉਤਰਨਾ ਹੋਊਗਾ ਵਧਿਆ ਪੁੱਤਰ ਜੂ ਬਾਕੀ ਦੇਖਾਂਗੇ ਆ ਕੇ ਕੋਈ ਨਵਾਂ ਖੇਤ ਜਾ ਰਿਹਾ ਹੁਣ ਮਿੱਤਰੋ ਅਤੇ ਰੋਟੀ ਰਾਟੀ ਮਿੱਤਰ ਆਪਾਂ ਨੇ ਦੇ ਆਏ ਅਤੇ ਦੁਬਾਰੇ ਅਤੇ ਹੁਣ ਮਾੜਾ ਜਿਹਾ ਥੋੜ੍ਹਾ ਕੰਮ ਹੈ ਖੇਤ ਮਿੱਤਰੋ ਅਤੇ ਫਿਰ ਦੇਖਦੇ ਕਿੰਨੇ ਕੁ ਵਜੇ ਤੱਕ ਹੋ ਜਾਂਦਾ ਗਾ ਅਤੇ ਬਾਕੀ ਯਾਰ ਹਰੇ ਮਿੱਤਰ ਕਬੂਤਰ ਆਪਣੇ ਉੱਤਰੇ ਨਹੀਂ ਗਏ ਜੋ ਬੰਦ ਚੜ੍ਹੇ ਫਿਰਦੇ ਨੇ ਵੀ ਦੋਨੇ ਦੇਖ ਸਕਦੇ ਤੁਸੀਂ ਉਹ ਚੜ੍ਹੇ ਫਿਰਦੇ ਨੇ ਵੀ ਦੋਨੇ ਠੀਕ ਆ ਅਤੇ ਹਲੇ ਮਿੱਤਰੋ ਨਹੀਂ ਉੱਤਰੇ ਦੋਨੋਂ ਅਤੇ ਬਹੁਤ ਵਧੀਆ ਉੱਡ ਰਹੇ ਨੇ ਬਾਈ ਅਤੇ ਬਾਈ ਇਕੱਲੇ ਦਾਣਿਆਂ ਦਾਣਿਆਂ 'ਤੇ ਮਿੱਤਰੋ ਇੰਨਾ ਟਾਈਮ ਲਾ ਰਹੇ ਨੇ ਬਾਈ 12:30 ਵਜਾ ਰਹੇ ਨੇ ਬਾਈ ਜੇ ਆਪਾਂ 2-3 ਦਿਨ ਰੈਸਟ ਹੋਰ ਪਵਾ ਕੇ ਮਿੱਤਰੋ ਜੇ ਚਾੜਾ ਕਰੀਏ ਫਿਰ ਤਾਂ ਬਾਈ ਵਧੀਆ ਉੱਡਣ ਲੱਗ ਜਾਣਗੇ ਆਪਣੇ ਲਈ ਅਤੇ ਬਾਈ ਦੇਖਦੇ ਆਪਾਂ ਐਕਸਪੈਰੀਮੈਂਟ ਕਰਕੇ ਗਾਹਾਂ ਆਪਾਂ ਬਾਈ ਇਹਨਾਂ ਨੂੰ ਬਦਾਮ ਵਗੈਰਾ ਵੀ ਪਾਵਾਂਗੇ ਠੀਕ ਆ ਅਤੇ ਹਾਲੇ ਮਿੱਤਰੋ ਆਪਾਂ ਨੂੰ ਲੋੜ ਵੀ ਨਹੀਂ ਪਤਾ ਉਹ ਹੁੰਦੀ ਇਹਨਾਂ ਨੂੰ ਅਤੇ ਹਾਲੇ ਆਪਾਂ ਇਹਦਾ ਦਾਣਾ ਤੱਕ ਟਾਈਮ ਲਵਾ ਕੇ ਦੇਖਾਂਗੇ ਵੀ ਕਿੰਨਾ ਕੁ ਟਾਈਮ ਲਾਉਂਦੇ ਨੇ ਮਿੱਤਰੋ ਅਤੇ ਦੇਖਿਓ ਐਂਡ ਤੱਕ ਵੀਡੀਓ ਯਾਰ ਵੀਡੀਓ ਬੜੀ ਘੈਂਟ ਹੋਏਗਾ ਤੁਹਾਡੇ ਭਰਾ ਦੀ ਯਾਰ ਅਤੇ ਪੂਰੀ ਵੀਡੀਓ ਦੇਖਿਆ ਕਰੋ ਯਾਰ ਐਂਡ ਤੱਕ ਕਿਉਂਕਿ ਯਾਰ ਉੰਨੀ ਵਧੀਆ ਵੀਡੀਓ ਬਣ ਕੇ ਆਏਗੀ ਤੁਹਾਡੇ ਵਾਸਤੇ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਡੇ ਭਰਾ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਹੀ ਲੱਗਦੀ ਆ ਅਤੇ ਬਾਕੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਉਹ ਜੋੜਾ ਹੀ ਕਾਫੀ ਜ਼ਿਆਦਾ ਉੱਪਰ ਫਿਰਦਾ ਵੀ ਦੇਖ ਲਓ ਅਤੇ ਆਪਣੀ ਛਤਰੀ ਮਿੱਤਰੋ ਹਰੇ ਖੜ੍ਹੀ ਹੈਗੀ ਅਤੇ ਲਾਲ ਰੱਤੀ ਆਪਣੀ ਉੱਥੇ ਬੈਠ ਗਈ ਅਤੇ ਐਂ ਕਰਦਾ ਬਾਈ ਅਤੇ ਹੁਣ ਚੱਲਦਾ ਮਿੱਤਰੋ ਖੇਤ ਨੂੰ ਅਤੇ ਉਹ ਤਾਂ ਮਿੱਤਰੋ ਛਤਰੀ ਦੇ ਉੱਪਰ ਹੀ ਉਤਰਨਗੇ ਜਾਂ ਟੈਂਕੀ ਦੇ ਉੱਪਰ ਨਹੀਂ ਜਾਂਦੇ ਉਹਦਾ ਕੋਈ ਆਪਣੀ ਛਤਰੀ ਖੜ੍ਹੀ ਹੈਗੀ ਅਤੇ ਉਹ ਉੱਪਰ ਚੜ੍ਹਦੇ ਫਿਰਦੇ ਨੇ ਹੁਣ ਤਾਂ ਚਲੋ ਫਰੀ ਜਾਣ ਦਿਉ ਬਾਈ ਅਤੇ ਆਪਾਂ ਨੇ ਮਿੱਤਰੋ 7 ਵਜੇ ਦੇ ਕਰੀਬ ਢਾਏ ਤੇਗੇ 7 ਤੋਂ ਮਿੱਤਰੋ ਵੱਜ ਗਏ ਨੇ 12 ਠੀਕ ਆ 12 ਵੱਜ ਕੇ ਮਿੱਤਰੋ 30 ਮਿੰਟ ਹੋ ਗਏ ਨੇ 10 ਮਿੰਟ ਮਿੱਤਰੋ ਆਪਾਂ ਨੂੰ ਉੱਤੇ ਆਏ ਨੂੰ ਵੀ ਹੋ ਗਿਆ ਅਤੇ 30 ਮਿੰਟ ਹੋ ਗਏ ਬਈ ਦੇਖ ਸਕਦੇ ਬਾਕੀ ਖੁੱਡਾ ਆਪਣਾ ਬੰਦ ਪਿਆ ਦਾਣੇ ਮਿੱਤਰ ਆਪਾਂ ਨੇ ਕਬੂਤਰਾਂ ਨੂੰ ਅੰਦਰ ਹੀ ਪਾਤੇ ਸੀ ਅਤੇ ਸਾਰੇ ਮਿੱਤਰੋ ਦਾਣੇ ਵਗੈਰਾ ਖਾ ਖਾ ਕੇ ਐਵੇਂ ਬੈਠ ਗਏ ਸਾਰੇ ਠੀਕ ਆ ਅਤੇ ਓਕੇ ਦੀ ਰਿਪੋਰਟ ਆ ਬਾਕੀ ਅਤੇ ਮਿੱਤਰੋ ਛਤਰੀ ਖੜ੍ਹੀ ਹੋ ਗਈ ਅਤੇ ਹੁਣ ਚੱਲਦੇ ਹਾਂ ਮਿੱਤਰੋ ਖੇਤ ਨੂੰ ਅਤੇ ਦੇਖਦੇ ਹਾਂ ਵੀ ਹਾਲੇ ਵੀ ਕਿੰਨੇ ਕੁ ਟਾਈਮ ਤੱਕ ਉਤਰਨਗੇ ਅਤੇ ਬਾਕੀ ਕਬੂਤਰ ਉਤਰਨ ਦੇ ਚਾਂਸ ਹਾਲੇ ਹੈ ਨਹੀਂ ਮਿੱਤਰੋ ਕਿਉਂਕਿ ਯਾਰ ਬਾਹਲੀ ਜ਼ਿਆਦਾ ਦੂਰ ਲੰਘੇ ਫਿਰਦੇ ਨੇ ਕਬੂਤਰ ਚਲੋ ਕੋਈ ਨਾ ਦੇਖਦੇ ਹਾਂ ਬਾਕੀ ਕਿੰਨਾ ਗੱਲਬਾਤ ਬਣਦੇ ਕੀ ਗੱਲਬਾਤ ਬਣਦੇ ਮਿੱਤਰੋ ਅਤੇ ਚਲੋ ਬਾਈ ਚੱਲੀਏ ਹੁਣ ਆਪਾਂ ਖੇਤ ਨੂੰ ਅਤੇ ਵੀਰਿਓ ਖੇਤ ਪਹੁੰਚ ਗਏ ਆਪਾਂ ਅਤੇ ਪਾਣੀ ਪੂਣੀ ਫੇਰਤਾ ਸੀਗਾ ਚੈੱਕ ਕਰ ਲਓ ਅਤੇ ਬਾਕੀ ਮਿੱਤਰੋ ਹੁਣ ਇੱਧਰ ਮਾਰਨ ਲੱਗਾ ਸਿੱਟਾ ਅਤੇ 1 ਵੱਜ ਗਿਆ ਬਾਈ ਬੈਠ ਗਏ ਹੋਣੇ ਕਬੂਤਰ ਆਪਣੇ ਵੀ ਠੀਕ ਆ ਅਤੇ ਕਰਦੇ ਹਾਂ ਚੈੱਕ ਇੱਧਰ ਮਾੜਾ ਛਿੱਟ ਕੇ ਚੱਲਦੇ ਘਰ ਨੂੰ ਵੀਰਿਓ ਕਰੋ ਚੈੱਕ ਚਿੜੀਆਂ ਅਤੇ ਆਪਣੇ ਵੀਰੇ ਬਾਈ ਬਾਜਰੇ ਦੇ ਚਿੜੀਆਂ ਆ ਗਈਆਂ ਅਤੇ ਬਾਕੀ ਮਿੱਤਰੋ ਲੱਗ ਗਿਆ ਚਿੱਟਾ ਉੱਟਾ ਲੱਗ ਚੁੱਕਿਆ ਚੱਲਦੇ ਹਾਂ ਘਰ ਨੂੰ ਮਿੱਤਰੋ ਅਤੇ ਕਬੂਤਰ ਵਗੈਰਾ ਵੀ ਚੈੱਕ ਕਰਦੇ ਹਾਂ ਜਾ ਕੇ ਵੀ ਕਿਸ ਤਰ੍ਹਾਂ ਦੇ ਨੇ ਅਤੇ ਚਲੋ ਬਾਈ ਚੱਲੀਏ ਲਓ ਬਾਈ ਚੱਲੀਏ ਹੁਣ ਘਰ ਨੂੰ ਆਪਾਂ ਅਤੇ ਕਰ ਲਿਆ ਆਪਾਂ ਨੇ ਆਪਣਾ ਯੋਗਾ ਸਟਾਰਟ ਚੱਲਦੇ ਹਾਂ ਹੁਣ ਘਰ ਨੂੰ ਮਿੱਤਰੋ ਅਤੇ ਜਾ ਕੇ ਘਰ ਹੀ ਮਿਲਦੇ ਹਾਂ ਬਣਦੀ ਆ ਕੀ ਗੱਲਬਾਤ ਮੇਰੇ ਘਰ ਪਹੁੰਚ ਗਏ ਅਤੇ ਹਾਲੇ ਮੋਟਰਸਾਈਕਲ ਨਹੀਂ ਘਰੇ ਖੜ੍ਹਾ ਆ ਅਤੇ ਮੋਟਰਸਾਈਕਲ ਆਉਣਾ ਬਾਹਰ ਹੀ ਖੜ੍ਹਾ ਅਤੇ ਚੱਲਦੇ ਹਾਂ ਮਿੱਤਰੋ ਅੰਦਰ ਅਤੇ ਕਬੂਤਰ ਆਪਣੇ ਵੀ ਉੜੇ ਰਹੇ ਨੇ ਹਾਲੇ ਆ ਫਿਰਦੇ ਨੇ ਹੈਗੇ
ਅਤੇ ਬਾਕੀ ਚੈੱਕ ਕਰਦੇ ਹਾਂ ਬਈ ਜਾ ਕੇ, ਇੱਕ ਕਬੂਤਰ ਨਹੀਂ ਦਿਖ ਰਿਹਾ ਮੈਨੂੰ ਤੀਸਰਾ, ਅਤੇ ਦੋ ਉੱਡ ਰਹੇ ਨੇ ਮਿੱਤਰੋ, ਅਤੇ ਚਲੋ ਬਈ ਦੇਖੀਏ ਕਿੱਥੇ ਕੀ ਗੱਲਬਾਤ ਹੈ ਬਾਕੀ। ਚਲੋ ਮੇਰੇ ਵੀਰੇ ਛੱਤ ਦੇ ਉੱਪਰ ਆਪਾਂ ਪਹੁੰਚ ਗਏ ਬਈ ਦੁਬਾਰੇ ਫਿਰ, ਠੀਕ ਆ, ਅਤੇ ਤੀਸਰਾ ਮਿੱਤਰੋ ਆਪਣਾ ਛੱਤਰੀ ਦੇ ਉੱਤੇ, ਮਿੱਤਰੋ ਛੱਤਰੀ ਉੱਪਰ ਹੋਣਾ ਤੀਸਰਾ ਆਪਣਾ ਜੀ ਹੋਇਆ, ਅਤੇ ਬਈ ਇੱਕ ਵੱਜ ਗਿਆ, ਅਤੇ ਤੀਸਰਾ ਛੱਤਰੀ 'ਤੇ ਵੀ ਨਹੀਂ ਮਿੱਤਰੋ, ਅਤੇ ਬਈ ਛੱਤਰੀ ਦੇ ਉੱਪਰ ਵੀ ਨਹੀਂ ਹੈਗਾ ਕਬੂਤਰ ਆਪਣਾ ਬਈ, ਕਿੱਧਰ ਗਿਆ ਬਈ ਹੋਏ, ਅਤੇ ਬਈ ਇੱਕ ਕਬੂਤਰ ਆਪਣਾ ਗਵਾਚ ਗਿਆ ਬਈ ਹੋਏ, ਦੋ ਕਬੂਤਰ ਮਿੱਤਰ ਆਪਣੇ ਉੱਤੀ ਫਿਰਦੇ ਨੇ ਵੀ ਹਾਲੇ, ਅਤੇ ਆਪਣਾ ਜੋ ਤੀਸਰਾ ਬੱਚਾ ਸੀ ਬਈ ਨੀਚੇ ਨਹੀਂ ਹੈਗਾ ਯਾਰ, ਅਤੇ ਚਲੋ ਖੁੱਡਾ ਦੇਖਾਂ ਖੋਲ੍ਹ ਕੇ, ਜਾਂ ਖੁੱਡੇ ਦੇ ਵਿੱਚ ਤਾਂ ਹੀ ਮੰਦਰ ਗਿਆ ਉਹ, ਅਤੇ ਲਓ ਬਈ ਚਾਬੀ ਲਈ ਚੱਕ ਆਪਾਂ ਨੇ, ਠੀਕ ਆ, ਤੀਸਰਾ ਅੰਦਰ ਵੀ ਨਹੀਂ ਲੱਗਦਾ ਵੀ, ਮੈਨੂੰ ਤਾਂ ਲੱਗਦਾ ਵੀ ਕਿਤੇ ਭੱਜੀ ਨਾ ਜਾਵੇ ਆਪਣਾ ਬੱਚਾ, ਇੱਕ ਕਬੂਤਰ ਗਵਾਚ ਗਿਆ ਆਪਣਾ, ਤੁਹਾਨੂੰ ਵੀ ਖੋਲ ਤਾਂ ਦਿੰਦਾ ਵਗੈਰਾ, ਅਤੇ ਤੀਸਰਾ ਮਿੱਤਰੋ ਨਹੀਂ ਹੈਗਾ ਯਾਰ ਬੱਚਾ, ਮਿੱਤਰੋ ਆਪਣਾ ਖੋ ਗਿਆ ਬਈ ਇੱਕ, ਅਤੇ ਦੋ ਕਬੂਤਰ ਹੀ ਉੱਡ ਰਹੇ ਨੇ ਬਈ ਉੱਪਰ, ਠੀਕ ਆ, ਇੱਕ ਵੱਜ ਗਿਆ ਬਈ, ਇੱਕ ਵੱਜ ਕੇ 5-6 ਮਿੰਟ ਉੱਪਰ ਹੀ ਹੋ ਗਏ ਬਈ, ਅਤੇ ਹੁਣੇ ਹੁਣੇ ਆਏ ਤੀ ਹਾਲੇ ਮੈਂ ਖੇਤੋਂ, ਅਤੇ ਬਈ ਤੀਸਰਾ ਬੱਚਾ ਗਵਾਚ ਗਿਆ ਆਪਣਾ, ਅਤੇ ਤੀਸਰਾ ਬੱਚਾ ਵੀ ਨਹੀਂ ਪਤਾ ਵੀ ਕਿੱਥੇ ਕਿੱਥੇ ਨਹੀਂ ਬਈ, ਅਤੇ ਬੱਚੇ ਦਾ ਔਖਾ ਹੋ ਗਿਆ ਮਿੱਤਰ ਆਪਣੇ ਦਾ, ਅਤੇ ਬੱਚਾ ਕਿੱਧਰ ਗਿਆ, ਅਤੇ ਲਓ ਬਈ ਕਬੂਤਰ ਆਪਾਂ ਇਹ 'ਤੇ ਛੱਡ ਬਈ, ਹੁਣੇ ਹੁਣੇ ਛੱਡਣੇ ਬਈ, ਵੱਜ ਗਿਆ ਮਿੱਤਰੋ, ਇੱਕ ਵੱਜ ਕੇ 5-10 ਮਿੰਟ ਉੱਪਰੇ ਹੋਣਗੇ ਬਈ, ਕਬੂਤਰ ਮਿੱਤਰੋ ਅੱਜ ਬਹੁਤ ਵਧੀਆ ਉੜਿਆ ਬਈ, ਬਹੁਤ ਜ਼ਿਆਦਾ ਵਧੀਆ ਮਿੱਤਰੋ, ਨਜ਼ਾਇਜ ਉੱਡ ਗਏ, ਅਤੇ ਇਹਨਾਂ ਨੂੰ ਕੁਛ ਵੀ ਨਹੀਂ ਪਾਇਆ ਬਈ, ਦਾਣੇ ਦਾਣੇ 'ਤੇ ਉੜੇ ਨੇ ਵੀ ਸਿਰਫ, ਅਤੇ ਚੈੱਕ ਕਰਦੇ ਵੀ ਤੀਸਰਾ ਬੱਚਾ ਆਪਣਾ ਕਿੱਧਰ ਗਿਆ, ਅਤੇ ਬਾਕੀ ਮਿੱਤਰੋ ਖੁੱਡਾ ਖਬਰ ਆਪਣਾ ਬੰਦ ਹੈਗਾ, ਅਤੇ ਉਰੇ ਆਹ ਕੀ ਕਰ ਰਿਹਾ ਕਿਹੜਾ ਇਹ, ਆਹ ਜੱਬਲ ਜਿਹਾ ਆ ਗਿਆ ਬਈ, ਤੀਸਰਾ ਬੱਚਾ ਨੇ ਦੇਖਿਆ ਟੈਂਕੀ 'ਤੇ, ਕਿੱਥੇ ਬੈਠਾ ਟੈਂਕੀ 'ਤੇ ਹੀ ਨਹੀਂ ਸੀ ਮੈਂ ਆਇਆ ਉੱਧਰ ਦੀ, ਅਤੇ ਬਈ ਜੋੜਾ ਮਿੱਤਰ ਆਪਣਾ ਛੱਤਰੀ 'ਤੇ ਬਹਿ ਗਿਆ ਬਈ, 1 ਵਜੇ ਉਤਰੇ ਨੇ ਇਹ, ਅਤੇ ਬਾਕੀ ਇੱਕ ਬਈ ਤੀਸਰਾ ਬੱਚਾ ਗਵਾਚ ਗਿਆ ਆਪਣਾ, ਤਾਂ ਚਲੋ ਬਾਈ ਦੇਖਦੇ ਹਾਂ ਬਾਕੀ ਦੂਸਰੇ ਬਲੌਗ 'ਚ ਦਿਖਾ ਦਾਂਗੇ ਵੀ ਆਪਣਾ ਤੀਸਰਾ ਬੱਚਾ ਵਾਪਸ ਆਇਆ ਜਾਂ ਫਿਰ ਨਹੀਂ ਆਇਆ ਮਿੱਤਰੋ, ਅਤੇ ਟੈਂਕੀ ਦੇ ਉੱਪਰ ਵੀ ਬੈਠਦੀ ਨਹੀਂ ਸੀ ਉਹ ਬੱਚਾ, ਉਹ ਅੱਜ ਤੱਕ ਵੀ ਇਹਨੇ ਪੱਬ ਟੈਂਕੀ 'ਤੇ ਲਾਇਆ ਨਹੀਂ ਗਾ, ਕਿਉਂਕਿ ਜੇ ਟੈਂਕੀ 'ਤੇ ਬੈਠ ਨਹੀਂ ਸਕਦਾ ਮੇਰੇ 100% ਕਿਤੇ ਵੀ ਨਹੀਂ ਬੈਠ ਸਕਦਾ ਬਈ ਉਹ, ਜੇ ਬੈਠਿਆ ਹੁੰਦਾ ਵੀ ਦਿਖਦਾ ਉਹਦੀ ਸਾਹਮਣੇ ਬੈਠਾ ਸੀਗਾ, ਅਤੇ ਬਾਕੀ ਬਈ ਦੇਖ ਜਾ ਕੋਈ ਨਾ ਨੈਕਸਟ ਬਲੌਗ ਅੱਗੋਂ ਬਹੁਤ ਹੀ ਜਲਦੀ ਮਿੱਤਰੋ, ਅਤੇ 1 ਵੱਜ ਗਿਆ ਵੀ ਕਬੂਤਰ ਬਹੁਤ ਵਧੀਆ ਉੜਿਆ ਹੈ, ਅਤੇ ਚਲੋ ਬਾਕੀ ਦੇਖਦੇ ਹਾਂ ਵੀ ਕੱਪੜਾ ਬਈ ਪਤਾ ਨਹੀਂ ਬਈ ਬੱਚਾ ਆਪਣਾ ਕਿੱਧਰ ਗਿਆ, ਪਤਾ ਨਹੀਂ ਕੀ ਸੀਨ ਬਣਿਆ ਉਹਨਾਂ ਨਾਲ ਬਈ, ਅਤੇ ਕੁਛ ਪਤਾ ਨਹੀਂ ਬਈ ਹਾਲ ਤੱਕ ਤਾਂ, ਅਤੇ ਮੈਨੂੰ ਤਾਂ ਇਹ ਲੱਗ ਰਿਹਾ ਵੀ ਜਿਵੇਂ ਕਈ ਬਾਜ ਬੂਜ ਲੈ ਗਈ ਹੁੰਦੀ ਆ ਉੱਪਰੋਂ, ਅਤੇ ਉੱਧਰ ਆਪਾਂ ਸਾਰੇ ਕਿਤੇ ਫੋਨ ਕਰਤੇ ਵੀ ਆਪਣਾ ਬੱਚਾ ਵੀ ਕਿਸੇ ਨੇ ਵੀ ਆਇਆ ਜੀ ਦੱਸਿਓ ਯਾਰ, ਅਤੇ ਕਹਿੰਦੇ ਬਈ ਬਾਜ ਬੂਜ ਵੀ ਪੈਂਦੀ, ਬਾਕੀ ਦੇਖਦੇ ਮਿੱਤਰੋ ਹੱਥਾਂ ਤੱਕ ਕੀ ਆਉਂਦਾ ਕਿ ਨਹੀਂ, ਬਾਹਲਾ ਚੰਗਾ ਬੱਚਾ ਸੀਗਾ, ਜੇ ਆ ਗਿਆ ਵੀ ਹੱਥ ਕਰਾ ਦਾਂਗੇ ਪੂਰੀ, ਅਤੇ ਬਹੁਤ ਵਧੀਆ ਉੜੇ ਨੇ ਬਈ, ਬਹੁਤ ਵਧੀਆ ਉੜੇ ਨੇ, ਚਲੋ ਯਾਰ ਬਹੁਤ ਬੇਕਾਰ ਕੰਮ ਕਰ ਗਈ ਯਾਰ, ਬਹੁਤ ਵਧੀਆ ਬੱਚਾ ਸੀ ਯਾਰ, ਆ ਜੇ ਨਾ ਬਾਬੇ ਬਹੁਤ ਵਧੀਆ ਕੰਮ ਹੋ ਜੂਗਾ, ਚਲੋ ਕੋਈ ਨਾ ਬਈ ਮਿਲਦਾ ਕਿਸੇ ਨੈਕਸਟ ਵੀਡੀਓ 'ਚ ਲੱਗੀ ਵੀਡੀਓ ਤੁਹਾਨੂੰ ਵਧੀਆ ਦੱਸਿਓ ਜ਼ਰੂਰ ਯਾਰ, ਬੱਚਾ ਆਪਣਾ ਹੋ ਗਿਆ ਬਈ, ਤਾਂ ਚਲੋ ਠੀਕ ਆ ਬਈ, ਮਿਲਦੇ ਆਪਾਂ ਨੈਕਸਟ ਵਲੌਗ 'ਚ।